ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ। ਬਾਈ ਮਿਲਖਾ ਸਿੰਘ ਨੂੰ ਜਿਹੜੇ ਲੋਕ ਸੁਣ ਰਹੇ ਨੇ, ਸਭ ਤੋਂ ਪਹਿਲਾਂ ਤਾਂ ਮਿਲਖਾ ਸਿੰਘ ਦਾ ਉਹਨਾਂ ਨੂੰ ਨਮਸਕਾਰ ਔਰ ਪਿਆਰ। ਬੜੀ ਹਿੰਮਤ ਹੈ ਕੇਸ਼ੂ ਮੁਲਤਾਨੀ ਦੀ, ਜਿਹੜੇ ਮੇਰੇ ਘਰ ਪਹੁੰਚੇ ਨੇ ਔਰ ਆ ਕੇ ਇਹਨਾਂ ਨੇ ਮੈਨੂੰ ਇੰਟਰਵਿਊ ਦੇ ਲਈ ਮਜਬੂਰ ਕੀਤਾ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਜਦ ਦੀ ਫਿਲਮ ਆਈ ਹੈ, ਫਿਲਮ ਆਉਣ ਦੇ ਮਗਰੋਂ ਹਜ਼ਾਰਾਂ ਹੀ ਲੋਕ ਮੈਨੂੰ ਅਪਰੋਚ ਕਰਦੇ ਨੇ, ਘੱਟ ਤੋਂ ਘੱਟ 200-400 ਲੈਟਰ ਰੋਜ਼ ਦਾ ਆਉਂਦਾ, ਔਰ ਉਹ ਚਾਹੁੰਦੇ ਨੇ ਕਿ ਮਿਲਖਾ ਸਿੰਘ ਹਰ ਫੰਕਸ਼ਨ 'ਤੇ ਉੱਥੇ ਪਹੁੰਚੇ। ਪਰ ਮੇਰੇ ਲਈ ਇਹ ਨਾਮੁਮਕਿਨ ਗੱਲ ਹੈ, ਕਿਉਂਕਿ ਇੱਕ ਤਾਂ ਏਜ ਹੈ, 91 ਦੇ ਕਰੀਬ ਜਾ ਰਹੇ ਹਾਂ, ਸਿਹਤ ਕੁਛ ਥੋੜ੍ਹੀ ਜਿਹੀ ਬੈਕ ਏਕ ਵੀ ਰਹਿੰਦੀ ਹੈ, ਨਜ਼ਰ ਵੀ ਕਮਜ਼ੋਰ ਹੈ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਕਰਕੇ ਮੈਂ ਹਰ ਫੰਕਸ਼ਨ ਅਟੈਂਡ ਨਹੀਂ ਕਰ ਪਾਉਂਦਾ। ਪਰ ਫਿਰ ਵੀ ਮੈਂ ਆਪਣੇ ਮੈਨੇਜਰ ਨੂੰ ਕਿਹਾ ਹੋਇਆ ਕਿ ਜਿੱਥੇ ਨੌਜਵਾਨ ਬੱਚੇ ਹੋਣ, ਜਿੱਥੇ ਨੌਜਵਾਨ ਸਭਾ ਦੇ ਵਿੱਚ ਲੋਕ ਭਰੇ ਹੋਣ, ਉੱਥੇ ਮਹੀਨੇ ਦੇ ਵਿੱਚ 2 ਜਾਂ 4 ਫੰਕਸ਼ਨ ਅਟੈਂਡ ਕਰਨੇ ਨੇ, ਜਿੱਥੇ ਮਿਲਖਾ ਸਿੰਘ ਦੇ ਜਾਣ ਨਾਲ ਬੱਚਿਆਂ ਨੂੰ ਚਿੰਗਾਰੀ ਲੱਗ ਜਾਏ ਔਰ ਉਹ ਮਿਲਖਾ ਸਿੰਘ ਬਣ ਕੇ ਦਿਖਾ ਦੇਣ, ਤਾਂ ਬਹੁਤ ਵੱਡੀ ਗੱਲ ਹੋਵੇਗੀ।